ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਨਵੇਂ ਭਾਰਤ-ਮੱਧ ਪੂਰਬ ਯੂਰਪ ਆਰਥਿਕ ਲਾਂਘੇ ਸੰਬੰਧੀ ਇਤਿਹਾਸਕ ਸਮਝੌਤੇ ਦਾ ਸੁਆਗਤ ਕੀਤਾ ਹੈ। ਉਹਨਾਂ ਇਸ ਨੂੰ ਮਹੱਤਵਪੂਰਨ ਖੇਤਰੀ ਪੂੰਜੀਕਾਰੀ ਦੱਸਿਆ ਹੈ। ਰਾਸ਼ਟਰਪਤੀ ਬਾਈਡਨ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਇਹ ਪ੍ਰੋਜੈਕਟ ਦੋ ਮਹਾਦੀਪਾਂ ਤੇ بندرگاہਾਂ ਵਿਚਕਾਰ ਪਾੜੇ ਨੂੰ ਪੂਰਾ ਕਰੇਗਾ, ਜਿਸ ਨਾਲ ਵਪਾਰ ਕਰਨਾ ਸੁਖਾਲਾ ਹੋਵੇਗਾ। ਸਵਛ ਊਰਜਾ ਅਤੇ ਭਰੋਸੇਯੋਗ ਸਵਛ ਬਿਜਲੀ ਤੱਕ ਪਹੁੰਚ ਦਾ ਵਿਸਾਰ ਹੋਵੇਗਾ। ਉਹਨਾਂ ਅਗੇ ਕਿਹਾ ਕਿ ਇਹ ਉਪਰਾਲਾ ਵਿਸ਼ਵ ਦੇ ਪਾਈਚਾਰਿਆਂ ਨੂੰ ਆਪਸ ਵਿੱਚ ਜੋੜਨ ਵਿੱਚ ਸਹਾਇਕ ਹੋਵੇਗਾ। ਇਸ ਨਾਲ ਟਿਕਾਊ ਅਤੇ ਸਮਾਵੇਸ਼ੀ ਆਰਥਿਕ विकास का राह भी पदरा होगा